ਅਜ਼ੀਜ਼ ਦੋਸਤੋ ਤੁਹਾਨੂੰ ਸਾਰੇ ਨੂੰ ਮੇਰੇ ਵੱਲੋਂ ਸਲਾਮ ਹੋਵੇ ਤੇ ਅੱਜ ਦਾ ਦਿਨ ਬੜਾ ਖੂਬਸੂਰਤ ਹੈ ਤੇ ਇਸ ਖੂਬਸੂਰਤ ਦਿਨ ਦੇ ਵਿੱਚ ਮੈਂ ਚਾਹੁੰਦਾ ਅਸੀਂ ਖੁਦਾ ਦੇ ਕਲਾਮ ਦੀ ਗੱਲ ਕਰੀਏ ਜਦੋਂ ਅਸੀਂ ਇਨਸਾਨੀ ਜ਼ਿੰਦਗੀ ਦੇ ਬਾਰੇ ਵੇਖਦੇ ਹਾਂ ਨਾ ਤਾਂ ਇਨਸਾਨੀ ਜ਼ਿੰਦਗੀ ਦਾ ਇਸ ਦੁਨੀਆ 'ਤੇ ਖੁਦਾ ਦੀ ਤਰਫੋਂ ਆਉਣਾ ਅਤੇ ਖੁਦਾ ਦਾ ਇਨਸਾਨ ਨੂੰ ਦੁਨੀਆ 'ਤੇ ਭੇਜਣਾ ਇਹ ਇੱਕ ਖਾਸ ਮਕਸਦ ਹੈ ਔਰ ਇਹ ਖਾਸ ਮਕਸਦ ਇਹ ਹੈ ਕਿ ਇਨਸਾਨ ਜਿਹੜਾ ਉਹ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰੇ ਔਰ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਦਿਆਂ ਹੋਇਆ ਖੁਦਾ ਦੀ ਹਮਦ ਤਾਰੀਫ ਅਤੇ ਸ਼ੁਕਰਗੁਜ਼ਾਰੀ ਕਰੇ ਤੇ ਯਾਦ ਰੱਖੀਏ ਜਦੋਂ ਖੁਦਾ ਨੇ ਸਾਨੂੰ ਆਪਣੇ ਜਲਾਲ ਲਈ ਆਪਣੀ ਹਮ ਤਾਰੀਫ ਲਈ ਸਾਨੂੰ ਇਸ ਦੁਨੀਆ 'ਤੇ ਭੇਜਿਆ ਹੈ ਤਾਂ ਜ਼ਰੂਰ ਹੈ ਕਿ ਅਸੀਂ ਹਰ ਰੋਜ਼ ਖੁਦਾ ਦੀ ਤਾਰੀਫ ਕਰੀਏ ਖੁਦਾ ਦੀ ਤਮਜੀਦ ਕਰੀਏ ਅਤੇ ਉਹਦੇ ਨਜਾਤ ਬਖਸ਼ ਪੈਗਾਮ ਨੂੰ ਦੁਨੀਆ 'ਤੇ ਜ਼ਾਹਰ ਕਰਦੇ ਰਹੀਏ ਨਜਾਤ ਬਖਸ਼ ਪੈਗਾਮ ਕੀ ਹੈ ਕਿ ਅਸੀਂ ਗੁਨਾਹਗਾਰ ਸਾਂ ਅਤੇ ਸਾਡੇ ਗੁਨਾਹਾਂ ਦੀ ਖਾਤਰ ਉਹਨੇ ਆਪਣੇ ਪਿਆਰੇ ਬੇਟੇ ਯਿਸੂ ਮਸੀਹ ਨੂੰ ਭੇਜਿਆ ਔਰ ਉਹਨੇ ਸਲੀਬ 'ਤੇ ਜਾਨ ਦਿੱਤੀ ਅਤੇ ਯਿਸੂ ਮਸੀਹ ਸਲੀਬ 'ਤੇ ਮਰ ਗਿਆ ਦਫਨ ਹੋਇਆ ਤੀਸਰੇ ਦਿਨ ਮੁਰਦਿਆਂ 'ਚੋਂ ਜੀ ਉੱਠਿਆ ਅਤੇ ਜਿਹੜਾ ਕੋਈ ਉਹਦੇ 'ਤੇ ਇਮਾਨ ਲਿਆਉਂਦਾ ਉਹ ਨਜਾਤ ਪਾ ਇਸ ਖੁਸ਼ਖਬਰੀ ਦੇ ਪੈਗਾਮ ਨੂੰ ਜਿਹਦੇ 'ਤੇ ਅਸੀਂ ਜ਼ਿੰਦਾ ਵਾਂ ਦੁਨੀਆ ਤੱਕ ਵੀ ਫੈਲਾਈਏ ਅਤੇ ਆਪਣੀ ਜ਼ਿੰਦਗੀ ਤੋਂ ਵੀ ਜ਼ਾਹਿਰ ਕਰੀਏ ਕਿ ਖੁਦਾ ਨੇ ਸਾਨੂੰ ਨਜਾਤ ਦਿੱਤੀ ਅਤੇ ਆਪਣੇ ਬੇਟੇ ਯਿਸੂ ਦੇ ਵਸੀਲੇ ਸਾਨੂੰ ਜ਼ਿੰਦਗੀ ਦਾ ਪੈਗਾਮ ਆਓ ਅਸੀਂ ਇਸ ਪੈਗਾਮ ਨੂੰ ਦੁਨੀਆ 'ਤੇ ਫੈਲਾਈਏ ਅਤੇ ਖੁਦਾ ਦੀ ਹਮ ਤਾਰੀਫ ਕਰਦਿਆਂ ਹੋਇਆ ਉਹਦੇ ਜਲਾਲ ਵਿੱਚ